ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਮੈਂ ਹਾਂ ਨਵਜੀਤ ਅੱਜ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ ਸਭ ਤੋਂ ਪਹਿਲੀ ਤੇ ਅਹਿਮ ਖਬਰ ਜਿਹੜੀ ਹੈ ਉਹ ਰਾਸ਼ਟਰਪਤੀ ਦੀ ਚੋਣ ਹੋ ਰਹੀ ਹੈ ਤੇ ਕਹਿੰਦੇ ਆ ਪੰਜਾਬ ਵਾਲੇ ਪਾਸਿਓਂ ਬਗਾਵਤ ਹੋ ਗਈ ਹੈ ਕਿੰਨਾ ਕੁ ਸਹੀ ਹੈ ਕੀ ਕਾਰਨ ਇਹ ਨੇ ਇੱਥੇ ਚਰਚਾ ਕਰਾਂਗੇ ਉਸ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਇੱਕ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਭਾਜਪਾ ਪਾਰਟੀ ਨੂੰ ਨੁਕਸਾਨ ਹੋਇਆ ਤੇ ਕਿਹੜੀ ਪਾਰਟੀ ਉੱਪਰ ਚੜੀ ਆਉਂਦੀ ਹੈ ਗੱਲ ਇੱਥੇ ਵੀ ਕਰਾਂਗੇ ਪਰ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਸਵਾਗਤ ਪੰਨੂ ਕੰਸਾ ਰਾਸ਼ਟਰਪਤੀ ਦੀ ਚੋਣ ਹੋ ਰਹੀ ਹੈ ਤੇ ਪੰਜਾਬ ਵਾਲੇ ਪਾਸੇ ਉਹ ਕਹਿੰਦੇ ਮਨਪ੍ਰੀਤ ਸਿੰਘ ਯਾਲੀ ਨੇ ਬਗਾਵਤ ਕਰ ਦਿੱਤੀ ਹੈ ਤੇ ਬਗਾਵਤ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੀਤੀ ਹੈ ਜਾਂ ਫਿਰ ਪਾਰਟੀ ਦੀਆਂ ਨੀਤੀਆਂ ਨੇ ਕੀ ਹੈ ਮੁਕਲ ਨਵਜੀਤ ਜੀ ਉਹਨੇ ਆਪਣੀ ਪਾਰਟੀ ਦੇ ਖਿਲਾਫ ਵੀ ਬਗਾਵਤ ਕੀਤੀ ਹੈ ਤੇ ਜਿਹੜੇ ਭਾਜਪਾ ਗੱਠ ਜੋੜ ਨੂੰ ਵੋਟ ਪਾਉਣੀ ਆ ਉਹਨਾਂ ਦੇ ਖਿਲਾਫ ਵੀ ਕੀਤੀ ਜੀ ਰਾਸ਼ਟਰਪਤੀ ਚੋਣ ਦੇ ਵਿੱਚ ਭਾਜਪਾ ਦਾ ਗੱਠ ਜੋੜ ਜਿਹੜਾ ਦੇਸ਼ ਦੇ ਉੱਤੇ ਰਾਜ ਕਰ ਰਿਹਾ ਤੇ ਉਹ ਮੈਂ ਪੰਜ ਸੱਤ ਸੂਬਿਆਂ ਨੂੰ ਛੱਡ ਦੇ ਉੱਤੇ ਬਾਕੀ ਸਾਰੇ ਦੇਸ਼ ਦੇ ਸੂਬਿਆਂ ਤੇ ਵੀ ਰਾਜ ਕਰ ਰਿਹਾ ਉਸ ਗਠਜੁੜ ਦੇ ਕੋਲ ਤਾਕਤ ਬਹੁਤ ਤਕੜੀ ਹੈ 24 ਸਾਲ ਅਕਾਲੀ ਦਲ ਉਹਦਾ ਅੰਗ ਰਿਹਾ ਤੇ ਆ ਦੋ ਸਾਲ ਪਹਿਲਾਂ ਕਿਸਾਨ ਮੋਰਚੇ ਦੇ ਦਬਾਅ ਥੱਲੇ ਉਹਦਾ ਖੜਾ ਛੱਡਿਆ ਸੀ ਹੁਣ ਪਿਛਲੇ ਦਿਨੀ ਉਹਨਾਂ ਨੇ ਅਕਾਲੀ ਦਲ ਤੋਂ ਵੋਟਾਂ ਦੀ ਮੰਗ ਕੀਤੀ ਇਹ ਉਹ ਅਕਾਲੀ ਦਲ ਤੇ ਹੈ ਨਹੀਂ ਜਿਨ੍ਹਾਂ ਦੇ 70 75 ਐਮਐਲਏ ਹੁੰਦੇ ਸਨ 10 ਕ پارਲੀਮੈਂਟ ਮੈਂਬਰ ਲੋਕ ਸਭਾ ਦੇ ਹੁੰਦੇ ਸਨ 4-5 ਇਹਨਾਂ ਦੇ ਰਾਜ ਸਭਾ 'ਚ ਹੁੰਦੇ ਸਨ ਹੁਣ ਤਾਂ ਕੁਝ ਵੀ ਨਹੀਂ ਅਕਾਲੀ ਦਲ ਦੇ ਲੋਕ ਸਭਾ ਵਿੱਚ ਦੋ ਮੈਂਬਰ ਨੇ ਸੁਖਬੀਰ ਸਿੰਘ ਬਾਦਲ ਤੇ ਉਹਦੀ ਪਤਨੀ ਦੋ ਜਣੇ ਨੇ ਹਰਸਿਮਰਤ ਕੌਰ ਬਾਦਲ ਬੀਬੀ ਵੀ ਮੈਂਬਰ ਆ ਪਰਲੀਮੈਂਟ ਦੇ ਇੱਧਰ ਵਿਧਾਨ ਸਭਾ ਦੇ ਵਿੱਚ ਉਹਨਾਂ ਦੀਆਂ 3 ਸੀਟਾਂ ਇੱਕ ਮਾਝੇ 'ਚੋਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਬ ਕੌਰ ਜੀ ਇੱਕ ਇਥੋਂ ਬੱਗੇ ਤੋਂ ਉਹਨਾਂ ਦਾ ਦੁਆਬੇ ਵਿੱਚੋਂ ਜਿੱਤਿਆ ਇੱਕ ਸਾਰੇ ਮਾਲਵੇ ਦੀਆਂ 68 ਸੀਟਾਂ 'ਚੋਂ ਲੁਧਿਆਣਾ ਜ਼ਿਲ੍ਹੇ ਦੀ ਮੁੱਲਾਂਪੁਰ ਦਾਖਾ ਸੀਟ ਡੀ ਦਾਖਾ ਸੀਟੇ ਉੱਥੋਂ ਮਨਪ੍ਰੀਤ ਸਿੰਘ ਅੜਾਲੀ ਜਿੱਤਿਆ ਤੇ ਪੰਜਾਬ ਦੇ ਇਹਨਾਂ ਤਿੰਨਾਂ ਦੇ ਗਰੁੱਪ ਦਾ ਲੀਡਰ ਵੀ ਮਨਪ੍ਰੀਤ ਸਿੰਘ ਅੜਾਲੀ ਆ ਕਿਉਂਕਿ ਉਹ ਸਭ ਤੋਂ ਸੀਨੀਅਰ ਹੈ ਜੀ ਅੱਜ ਜਦੋਂ ਵੋਟਾਂ ਪੈਣੀਆਂ ਅਕਾਲੀ ਪਾਰਟੀ ਫੈਸਲਾ ਕਰ ਚੁੱਕੀ ਹੈ ਕਿ ਅਸੀਂ ਭਾਜਪਾ ਗੱਠ ਜੁੜਦੇ ਉਮੀਦਵਾਰ ਬੀਬੀ द्रौपदी मुर्मू नु वोट पावांगे ओने जित जाना उनु कोई प्रॉब्लम नहीं ए विरोधी ਧਿਰ ਨੇ ਸੰਕੇਤਕ ਲੜਾਈ ਦੇਣ ਵਾਸਤੇ ਯਸ਼ਵੰਤ ਸਿਨਾ ਨੂੰ ਖੜਾ ਕੀਤਾ ਯਸ਼ਵੰਤ ਸਿਨਾ ਪਹਿਲਾਂ ਭਾਜਪਾ ਦਾ ਹੀ ਆ ਵਾਜਪਈ ਸਰਕਾਰ ਚ ਮੰਤਰੀ ਰਿਹਾ ਸੀ ਖਜ਼ਾਨਾ ਮੰਤਰੀ ਵੀ ਵਿਦੇਸ਼ ਮੰਤਰੀ ਵੀ ਮੁੰਡਾ ਜੇ ਅਜੇ ਵੀ ਨਰਿੰਦਰ ਮੋਦੀ ਸਰਕਾਰ ਦੇ ਵਿੱਚ ਰਾਜ ਮੰਤਰੀ ਆ ਉਹ ਤਾਂ ਐਵੇਂ ਖੜਾ ਕੀਤਾ ਉਹਨਾਂ ਨੂੰ जित ਦੀ ਕੋਈ ਪ੍ਰੋਬਲਮ ਨਹੀਂ ਅਕਾਲੀ ਦਲ ਨੂੰ ਉਹਨਾਂ ਰਸਮ ਦੇ ਤੌਰ ਤੇ ਫੋਨ ਕਰਤਾ ਵੀ ਤੂੰ ਸਾਡੀ ਮਦਦ ਕਰ ਦਿਓ ਤੇ ਇੰਨੀ ਗੱਲ ਤੇ ਹਾਂ ਮੈਂ ਤਾਂ ਇੱਥੇ ਹੀ ਭਰਤੀ ਸੀ ਜੀ ਪਰ ਇੰਨਾ ਖਚਾ ਚੜਿਆ ਕਿ ਸ਼ੁਕਰ ਹੈ ਸਾਡਾ ਕੋਈ ਆਸਰਾ ਬਣ ਲੱਗਾ ਕੋਈ ਧਿਰ ਬਣ ਲਗੀ ਹੈ ਸੁਖਬੀਰ ਤੋਂ ਬਾਦਲ ਹੋਰੀ ਭੱਜੇ ਗਿਆ ਦਿੱਲੀ ਉੱਥੇ ਜਾ ਕੇ ਸਪੋਰਟ ਕਰਤੀ ਅੱਜ ਹੁਣ ਜਦੋਂ ਵੋਟਾਂ ਪੈਣ ਲੱਗੀਆਂ ਐਨ ਉਸ ਮੌਕੇ ਤੇ ਵੀਡੀਓ ਜਾਰੀ ਕਰਕੇ ਮਨਪ੍ਰੀਤ ਸਿੰਘ ਅਯਾਲੀ ਨੇ ਜਿਹੜਾ ਪੰਜਾਬ ਦੀ ਵਿਧਾਨ ਸਭਾ ਵਿੱਚ ਇਹਨਾਂ ਦੇ ਤਿੰਨਾਂ ਦੇ ਗਰੁੱਪ ਦਾ ਲੀਡਰ ਉਨੇ ਕਹਿੰਦਾ ਮੈਂ ਨਹੀਂ ਵੋਟ ਪਾਉਂਦਾ। ਪਹਿਲੀ ਗੱਲ ਤੇ ਉਹਨੇ ਆਖੀ ਕਿ ਸਿੱਖਾਂ ਨਾਲ ਤੱਕੇ ਬੜੇ ਹੋਏ ਆ। ਪੰਜਾਬ ਨਾਲ ਤੱਕੇ ਹੋਏ ਆ। ਇਹ ਕਾਂਗਰਸ ਪਾਰਟੀ ਨੇ ਕੀਤੀ ਤੇ ਕਾਂਗਰਸ ਨੂੰ ਮੈਂ ਪਾ ਨਹੀਂ ਸਕਦਾ। ਜੀ। ਦੂਜਿਆਂ ਨੇ ਆਖਿਆ ਭਾਜਪਾ ਨੇ ਸੜਲੀ ਕੀ ਕੀਤਾ? ਕੁਝ ਵੀ ਨਹੀਂ। ਇਹਨੂੰ ਵੋਟ ਕਿਉਂ ਪਾ ਦੀਏ? ਤੀਜਾ ਉਹਨੇ ਇਹ ਕਹਿੰਦਾ ਕਿ ਸਾਡੀ ਪਾਰਟੀ ਲੀਡਰਸ਼ਿਪ ਨੇ ਇਦਾਂ ਦਾ ਫੈਸਲਾ ਲੈਣ ਲੱਗਿਆ। ਮੈਂ ਅਸੈਂਬਲੀ ਗਰੁੱਪ ਦਾ ਲੀਡਰ ਆ ਪੰਜਾਬ 'ਚ। ਮੇਰੇ ਨਾਲ ਗੱਲ ਤੱਕ ਨਹੀਂ ਕੀਤੀ ਮੈਨੂੰ ਪੁੱਛਿਆ ਤੱਕ ਨਹੀਂ ਆਪੇ ਇੱਕ ਤਰਫਾ ਫੈਸਲਾ ਕਰਤਾ ਉਦੋਂ ਵੀ ਅਗਲੀ ਗੱਲ ਉਹਨੇ ਆਖੀ ਕਿ ਪਾਰਟੀ ਦੀ ਸਾਡੀ ਐਸ ਵੇਲੇ ਇੰਨੀ ਮਾੜੀ ਹਾਲਤ ਹੈ ਕਿ ਅਸੀਂ ਵਿਧਾਨ ਸਭਾ ਚ ਤਿੰਨ ਜਣੇ ਆ ਇਹ ਮਾੜੀ ਹਾਲਤ ਹੋਈ ਕਿਉਂ ਇਹਦੇ ਬਾਰੇ ਸਾਡੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੇ ਇਕਬਾਲ ਸਿੰਘ ਝੋਂਦਾ ਦੀ ਅਗਵਾਈ ਚ ਇੱਕ ਕਮੇਟੀ ਬਣਾਈ ਸੀ ਉਸ ਕਮੇਟੀ ਨੇ 100 ਹਲਕਿਆਂ ਚ ਜਾ ਕੇ ਪਾਰਟੀ ਵਰਕਰਾਂ ਨਾਲ ਗੱਲ ਕੀਤੀ 117 ਵਿਧਾਨ ਸਭਾ ਹਲਕੇ ਜਿਨ੍ਹਾਂ ਚੋਂ 100 ਚ ਇੱਕ ਕਮੇਟੀ ਗਈ ਉਹ ਕਹਿੰਦੇ ਉੱਥੋਂ ਆ ਕੇ ਤੇ ਉਹਨਾਂ ਨੇ ਰਿਪੋਰਟ ਦਿੱਤੀ ਕਿ ਪਾਰਟੀ ਲੀਡਰਸ਼ਿਪ ਨਵੇਂ ਸਿਰੇ ਤੋਂ ਸੋਚੇ ਲੀਡਰਸ਼ਿਪ ਵਰਕਰ ਚਾਹੁੰਦੇ ਆ ਕਿ ਬਦਲ ਦਿੱਤੀ ਜਾਵੇ ਉਹਨੇ ਆਖਿਆ ਉਸ ਰਿਪੋਰਟ ਦੇ ਉੱਤੇ ਕੋਈ ਅਮਲ ਨਹੀਂ ਉਹਨੇ ਆਖਿਆ ਜਦੋਂ ਜਿਹੜੀਆਂ ਹਾਲਤਾਂ 'ਚ ਪਹੁੰਚ ਗਏ ਆ ਜੇ ਲੀਡਰਸ਼ਿਪ ਅਜੇ ਵੀ ਅਕਲ ਨਹੀਂ ਕਰਦੀ ਤੇ ਪਾਰਟੀ ਦੀ ਹਾਲਤ ਹੋਰ ਮਜ਼ਬੂਤ ਹੋਵੇਗੀ ਅੱਗੇ ਪਾਰਟੀ ਦਾ ਕੋਈ ਲੀਡਰ ਬੋਲੇ ਤੇ ਇਹ ਕਹਿੰਦਾ ਹੁੰਦਾ ਸੀ ਕਿ ਮੇਰਾ ਸੁਝਾਅ ਹੈ ਕਿ ਆ ਕੀਤਾ ਜਾਵੇ ਜੇ ਕੀਤਾ ਜਾਵੇ ਤੇ ਪਾਰਟੀ ਹੋਰ ਮਜ਼ਬੂਤ ਹੋਊਗੀ ਜੀ ਅੱਜ ਹੋਰ ਲੱਗਦੀ ਨਹੀਂ ਉਹਨੇ ਆਖਿਆ ਉਨੇਖੇ ਪਾਰਟੀ ਜਿਹੜੀ ਹਾਲਤ ਵਿੱਚ ਹੋ ਗਈ ਆ ਆ ਕੀਤਾ ਜਾਵੇ ਆ ਕੀਤਾ ਜਾਵੇ ਲੀਡਰਸ਼ਿਪ ਅਕਾਲੀ ਦਲ ਦੀ ਬਦਲ ਦਿੱਤੀ ਜਾਵੇ ਤੇ ਪਾਰਟੀ ਮਜ਼ਬੂਤ ਹੋਊਗੀ ਜੇ ਪਰ ਪਾਰਟੀ ਮਜ਼ਬੂਤ ਨਹੀਂ ਹੁਣ ਕਮਜ਼ੋਰੀ ਤੇ ਸਕਰੂਰ ਦੀ ਚੌਂਚ ਵੀ ਦਿਸਪੀ ਜਿਹੜਾ ਅਕਾਲੀ ਦਲ ਕਦੇ ਇੰਨਾ ਲੰਮਾ ਸਮਾਂ ਰਾਜ ਕਰ ਚੁੱਕਾ ਬਾਕੀਆਂ ਨੂੰ ਮਿਹੜੇ ਮਾਰਦਾ ਹੁੰਦਾ ਸੀ ਜੀ ਉਸ ਅਕਾਲੀ ਦਲ ਨੂੰ ਇੰਨਾ ਜੋਰ ਲਾਉਣ ਦੇ ਬਾਵਜੂਦ ਬੰਦੀ ਸਿੱਖਾਂ ਦਾ ਮੁੱਦਾ ਵਰਤਨ ਦੇ ਬਾਵਜੂਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਗਿੱਟ ਡਟ ਢੰਗ ਨਾਲ ਆਪਣੇ ਹਮਾਇਤ ਵਿੱਚ ਅਪੀਲਾਂ ਕਰਾਉਣ ਦੇ باوجود ਮਸਾਏ 65% ਦੀ ਵੋਟਾਂ ਪਈਆਂ ਨੇ ਜੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵੋਟ ਪਾਉਣ ਤੋਂ ਇਨਕਾਰ ਕਰਕੇ ਮਨਪ੍ਰੀਤ ਸਿੰਘ ਈਆਲੀ ਜੀ ਮਨਪ੍ਰੀਤ ਸਿੰਘ ਈਆਲੀ ਉਹਨੇ ਬੜਾ ਜਿਹੜਾ ਹੈਗਾ ਬੜੇ ਸਾਫ ਲਬਜ਼ਾਂ ਚ ਇੱਕ ਤੇ ਉਹਨੇ ਕਹਿਤਾ ਕਾਂਗਰਸ ਦੇ ਖਿਲਾਫ ਅਤੇ ਖਿਲਾਫ ਦੂਜਿਆਂ ਨੇ ਕਹਿਤਾ ਕਿ ਅਸੀਂ ਭਾਜਪਾ ਨਾਲ ਨਹੀਂ ਜਾ ਸਕਦੇ ਤੀਸਰਾ ਸਭ ਤੋਂ ਵੱਡੀ ਗੱਲ ਇਹ ਕੋਨੇ ਆਪਣੀ ਪਾਰਟੀ ਲੀਡਰਸ਼ਿਪ ਨੂੰ ਸਿੱਧੇ ਚ ਨੋਟਿਸ ਦਿੱਤੀ ਹੈ ਕਿ ਇਕਬਾਲ ਸਿੰਘ ਝੋਂਦਾ ਦੀ ਰਿਪੋਰਟ ਲਾਗੂ ਕਰੋ ਲੀਡਰਸ਼ਿਪ ਬਦਲੋ ਜੀ ਇੱਕੋ ਤਰੀਕਾ ਥੋੜਾ ਕਿ ਮੈਂ ਅਸੈਂਬਲੀ ਗਰੁੱਪ ਦਾ ਲੀਡਰ ਹਾਂ ਤੁਸੀਂ ਮੈਨੂੰ ਵੀ ਨਹੀਂ ਪੁੱਛਦੇ ਆਪਣੇ ਤੌਰ ਤੇ ਫੈਸਲਾ ਕਰਕੇ ਤੁਸੀਂ ਕਹੋ ਅਸੀਂ ਲਾਗੂ ਕਰਾਂਗੇ ਜਿਹੜੇ ਟੰਗੜੇ ਨੇ ਉਹਨੇ ਸਿੱਧਾ ਅਟੈਕ ਕੀਤਾ ਲੀਡਰਸ਼ਿਪ ਤੇ ਇਹਦੇ ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕੁਝ ਨਾ ਕੁਝ ਸੋਚਣਾ ਪਵੇਗਾ ਪੈਰਾਥਲੋ ਜਮੀਨ ਖਿਸਕ ਰਹੀ ਹੈ ਉਹ ਹਾਲਾਤ ਕਿਦਰ ਨੂੰ ਜਾਂਦੇ ਆ ਜੇ ਅਜੇ ਵੀ ਨਾ ਸੁਣ ਸਕੇ ਤੇ ਅੱਜ ਮਨਪ੍ਰੀਤ ਸਿੰਘ ਅਯਾਲੀ ਹੈ ਜੀ ਕੱਲ ਨੂੰ ਕੁਝ ਹੋਰ ਵੀ ਇਹਦੇ ਮੁੱਦੇ ਤੇ ਬੋਲ ਸਕਦੇ ਆ ਤਾਂ ਸਾਬ ਪੈਰਾਥਲੋ ਜਮੀਨ ਤਾਂ ਖਿਸਕਦੀ ਐ ਇੱਕ ਗੱਲ ਹੋਰ ਦੱਸਿਓ ਦਿੱਲੀ ਵਾਲੇ ਪਾਸੇ ਵੀ ਜਿਹੜੀ ਖਬਰ ਆ ਰਹੀ ਐ ਕਿ ਇੱਕ ਅਕਾਲੀ ਦਲ ਹੋਰ ਬਣ ਗਿਆ ਦਿੱਲੀ ਸਟੇਟ ਉਹ ਫਿਰ ਬਾਦਲਾ ਲਈ ਚਨੋਤੀ ਹੋਊਗੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਚਨੋਤੀ ਹੋਊਗੀ ਦੇਖੋ ਅਕਾਲੀ ਦਲ ਤਾਂ ਕਿੰਨੇ ਸਾਰੇ ਬਣਿਆ ਜੀ ਅਕਾਲੀ ਦਲਾਂ ਦੀ ਹੁਣ ਦਲ ਤਾਂ ਲਿਆ ਇੱਕ ਅਕਾਲੀ ਦਲ ਸੰਯੁਕਤ ਆ ਇੱਕ ਸੰਯੁਕਤ ਅਕਾਲੀ ਦਲ ਆ ਇੱਕ ਅਕਾਲੀ ਦਲ 1920 ਉਹਦੇ ਚ 1920 ਬੰਦੇ ਹੀ ਮਸਾਉਣੇ ਆ ਜੀ ਇੱਕ ਸ਼੍ਰੋਮਣੀ ਅਕਾਲੀ ਦਲ ਦਿੱਲੀ ਇੱਕ ਜਾਗੋ ਪਾਰਟੀ ਉਹ ਵੀ ਅਸਲ 'ਚ ਅਕਾਲੀ ਦਲ ਹੀ ਆ ਇਹ ਕਮਰਸਰ ਅਕਾਲੀ ਦਲ ਆ ਇੱਕ ਫਿਰੂਮਾਨ ਅਕਾਲੀ ਦਲ ਵੀ ਤੁਰਿਆ ਫਿਰਦਾ ਕਦੇ ਪਤਾ ਨਹੀਂ ਪੰਚਾਇਤ ਦੀ ਚੋਣ ਵੀ ਉਹਨਾਂ ਜਿੱਤੀ ਕਿ ਨਹੀਂ ਜਿੱਤੀ ਮੈਂ ਨਹੀਂ ਪਤਾ ਇੱਕ ਟਕਸਾਲੀ ਵੀ ਸੀ ਇੱਕ ਟਕਸਾਲੀ ਅਕਾਲੀ ਦਲ ਵੀ ਸੀ ਹੁਣ ਅਕਾਲੀ ਦਲ ਦਿੱਲੀ ਤੇ ਹੈਗਾ ਹੀ ਸੀ ਹੁਣ ਅਕਾਲੀ ਦਲ ਦਿੱਲੀ ਸਟੇਟ ਬਣ ਗਿਆ ਇਹਦਾ ਪ੍ਰਧਾਨ ਕੌਣ ਹੈ ਜਿਹੜਾ ਇਸ ਵੇਲੇ ਉੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਉਹ ਇਹਦਾ ਸਰਪ੍ਰਸਤ ਹੈ। ਪ੍ਰਧਾਨ ਨਹੀਂ ਬਣਿਆ ਸਰਪ੍ਰਸਤ ਬਣ ਗਿਆ। ਬਾਕੀ ਲੋਕ ਉਹਦੇ ਨਾਲ ਗਏ ਨੇ। ਉਹਨਾਂ ਨੇ ਉੱਥੇ ਸਿੱਧੇ ਤੌਰ ਤੇ ਜਿਹੜਾ ਇਕੱਠ ਕਰਕੇ ਝੰਡਾ ਚੁੱਕਿਆ ਉਹ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਨਾ ਕਹੋ ਇਹਨੂੰ ਬਾਦਲ ਅਕਾਲੀ ਦਲ ਕਹਿ ਲਓ। ਜੀ। ਇਹਦੀ ਲੀਡਰਸ਼ਿਪ ਦੇ ਖਿਲਾਫ ਸਿੱਧੇ ਤੌਰ ਤੇ ਉਹਨਾਂ ਨੇ ਝੰਡਾ ਚੁੱਕਿਆ। ਤੇ ਉਹਨਾਂ ਕਹਿਨ ਨੂੰ ਹੀ ਮੰਨਦੇ। ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਕੁਰਬਾਨੀਆਂ ਚੋਂ ਆਇਆ ਸੀ। ਉੱਭਰਿਆ ਸੀ। ਹੁਣ ਇੱਕ ਪਰਿਵਾਰ ਦੇ ਖਾਤਰ ਅਕਾਲੀ ਦਲ ਨੂੰ ਦਾਤ ਤੇ ਲਾਤ ਤੱਕ ਨਾਲ ਉਹ ਕਹਿੰਦੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਤ ਤੇ ਲਾਤ ਦੇਗੇ ਇਹ ਉਹਨਾਂ ਨੇ ਕਹਿਤਾ ਹੁਣ ਜਿਹੜੀ ਸੋਚਣ ਵਾਲੀ ਗੱਲ ਉਹ ਇਹ ਆ ਕਿ ਇੱਕ ਸਾਲ ਪਹਿਲਾਂ ਤੱਕ ਇਹ ਹਰਮੀਰ ਸਿੰਘ ਕਾਲਕੌਰੇ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਦੇ ਲੋਕ ਸਨ ਜੀ ਇਹਨਾਂ ਦਾ ਲੀਡਰ ਮਨਜਿੰਦਰ ਸਿੰਘ ਸਿਰਸਾ ਸੀ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ ਅਚਾਨਕ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਵੀ ਛੱਡੀ ਬਾਦਲ ਕਾਲੀਦਾਰ ਵੀ ਛੱਡਿਆ ਤੇ ਭਾਰਤੀ ਜਨਤਾ ਪਾਰਟੀ ਤੇ ਸ਼ਾਮਲ ਹੋ ਗਿਆ ਸੀ ਉਹ ਇਹਨਾਂ ਦੇ ਦਾ ਜਾਨਦਾ ਇਹ ਉਹਦੇ ਦਾ ਜਾਨਦੇ ਇਹਨਾਂ ਨੇ ਫਿਰ ਸਾਰਿਆਂ ਨੇ ਰਲ ਕੇ ਆਖਿਆ ਕਿ ਹੁਣ ਅਸੀਂ ਉਹਦੇ ਮੁਕਾਬਲੇ ਤੇ ਹਰਮੀਤ ਸਿੰਘ ਕਾਲਕਾ ਨੂੰ ਪ੍ਰਧਾਨ ਬਣਾਉਣਾ ਇਹਨਾਂ ਨੂੰ ਚੇਤਾਈ ਪੁੱਲ ਗਿਆ ਕਿ ਹਰਮੀਤ ਸਿੰਘ ਕਾਲਕਾ ਉਹਦਾ ਪ੍ਰਾਣਾ ਮਿੱਤਰ ਹੈ ਹੋਇਆ ਇਹ ਕਿ ਉਹਨੇ ਵਿਖਾਵਾ ਐਦਾਂ ਕੀਤਾ ਕਿ ਜਿਵੇਂ ਉਹ ਹਰਮੀਤ ਸਿੰਘ ਕਾਲਕਾ ਦੇ ਵਿਰੋਧ ਥੇ ਇਹ ਬਾਦਲ ਕਾਲੀ ਦਾ ਸਾਰਾ ਹਰਮੀਤ ਸਿੰਘ ਕਾਲਕਰ ਨਾਲ ਇਹਨਾਂ ਦੇ ਪ੍ਰਾਣੇ ਵਿਰੋਧੀ ਸਰਨਾ ਬ੍ਰਦਰਸ ਵੀ ਹਰਮੀਤ ਸਿੰਘ ਕਾਲਕਰ ਨਾਲ ਮਨਜੀਤ ਸਿੰਘ ਜੀ ਕੇ ਵੀ ਮਨਜੀਤ ਸਿੰਘ ਕਾਲਕਰ ਨਾਲ ਤੇ ਜਦੋਂ ਜਿੱਤ ਗਿਆ ਤੇ ਜਿੱਤਦੇ ਸਾਰੇ ਉਹਨੇ ਕਹਤਾ ਜੀ ਮੈਂ ਕਿਸੇ પાર્ટી ਨਾਲ ਨਹੀਂ ਮੈਂ ਹਾਂ ਨਿਰਪੱਖ ਨਿਰਪੱਖ ਤੋਂ ਬਾਅਦ ਉਹਨਾਂ ਨੇ ਇੱਕ ਵੱਖਰੀ ਪਾਰਟੀ ਖੜੀ ਕਰ ਲਈ ਇਹਦੇ ਦੌਰਾਨ ਇੱਕ ਦੋ ਧਾਰਮਿਕ ਮੌਕੇ ਇਹੋ ਜਿਹੇ ਆਏ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੁਲਾ ਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਆਏ ਪੰਜਾਬ ਦੇ ਵਿੱਚੋਂ ਅਕਾਲੀ ਦਲ ਦੀ ਲੀਡਰਸ਼ਿਪ ਉੱਥੇ ਨਹੀਂ ਪਹੁੰਚੀ ਗਾਇਬ ਹੋ ਗਏ ਹਰਮੀਤ ਸਿੰਘ ਕਲਕਾ ਤੇ ਮਨਜਿੰਦਰ ਸਿੰਘ ਸਰਸਾ ਦੋਵੇਂ ਉੱਥੇ ਸੀ ਹੌਲੀ-ਹੌਲੀ ਉਹ ਉਸ ਪਾਸੇ ਤੋਂ ਭਾਜਪਾ ਦੇ ਨੇੜੇ ਤੁਰਿਆ ਆਣਾ ਨਵਾਂ ਸਟੈਂਡ ਉਹਨੇ ਲਿਆ ਇਹ ਸਟੈਂਡ ਇਸ ਤਰ੍ਹਾਂ ਦਾ ਜਿਹੜਾ ਅੰਮ੍ਰਿਤਸਰ ਵਿੱਚ ਬੈਠੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕੰਬਣੀ ਜ਼ਰੂਰ ਛੇੜੂਗਾ ਪਰ ਹਾਲਾਤ ਪੈਦਾ ਕਿਨੇ ਕੀਤੇ ਜੀ ਜਦੋਂ ਇਹ ਹੁੰਦਾ ਸੀ ਕਿ ਦਿੱਲੀ ਦੇ ਵਿੱਚ ਲੀਡਰ ਅਕਾਲੀ ਦਲ ਦੇ ਤੇ ਵਿਧਾਨ ਸਭਾ ਦੀਆਂ ਚੋਣਾਂ ਭਾਜਪਾ ਦੇ ਚੋਣਸ਼ਾਨ ਤੇ ਲੜਦੇ ਸੀ ਇਹਨਾਂ ਚੋਂ ਇੱਕ ਜਣਾ ਸਿਰਫ ਅੱਜ ਤੱਕ ਅਸੈਂਬਲੀ ਚ ਪਹੁੰਚਿਆ ਉਹ ਮਨਜਿੰਦਰ ਸਿੰਘ ਸਿਰਸਾ ਸੀ ਜਦੋਂ 2017 ਦੀਆਂ ਚੋਣਾਂ ਹੋਈਆਂ ਉਹਨਾਂ ਚੋਣਾਂ ਦੇ ਵਿੱਚ ਦਿੱਲੀ ਤੋਂ ਜਰਨੈਲ ਸਿੰਘ ਨੂੰ ਲਿਆ ਕੇ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਖੜਾ ਕੀਤਾ ਗਿਆ ਉਹ ਇੱਥੇ ਆ ਕੇ ਹਾਰ ਗਿਆ ਪਰ ਇੱਥੇ ਚੋਣ ਲੜਨ ਵਾਸਤੇ ਦਿੱਲੀ ਦੀ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇ ਆ ਉਹਦੀ ਉਪਚੋਣ ਦੇ ਵਿੱਚ ਅਕਾਲੀ ਦਲ ਨੇ ਮਰਜਿੰਦਰ ਸਿੰਘ ਸਿਰਸਾ ਨੂੰ ਖੜਾ ਕੀਤਾ ਪਰ ਭਾਜਪਾ ਦੇ ਨਿਸ਼ਾਨ ਤੇ ਜੀ ਉਹ ਜਿੱਤ ਗਿਆ ਇਹਨਾਂ ਦੇ ਕੋਈ ਜਿੱਤਿਆ ਨਹੀਂ ਉਹ ਜਿੱਤ ਕੇ ਵੀ ਭਾਜਪਾ ਦਾ ਸੀ ਉਹ ਫਿਰ ਭਾਜਪਾ ਚ ਲੱਗ ਗਿਆ ਉਹਦੇ ਤੋਂ ਬਾਅਦ ਹੁਣ ਹਰਮੀਤ ਸਿੰਘ ਕਾਲਕਾ ਹਰਮੀਤ ਸਿੰਘ ਕਾਲਕਾ ਹੋਰਾਂ ਨੇ ਜਾਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਸਾਥੀਆਂ ਚੋਂ ਕਿਹੜੀ ਕਿਹੜੀ ਚੋਣ ਕਿਹਨੇ ਕਿਹਨੇ ਭਾਜਪਾ ਦੇ ਚੋਣ ਨਿਸ਼ਾਨਾ ਤੇ ਲੜੀ ਬਹੁਤ ਤੈਨੂੰ ਨਹੀਂ ਪਤਾ ਪਰ ਬਹੁਤਾਂ ਨਾਂ ਸੀ ਥੋੜਿਆਂ ਨੂੰ ਤੇ ਪਤਾ ਨਾ ਇਸ ਸੰਝਾ ਪਹਿਲਾਂ ਦੀ ਸੀ ਤੇ ਸੰਝਾ ਉਦੋਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪ ਕੋਈਆਂ ਸੀ ਜਦੋਂ ਅਕਾਲੀ ਭਾਜਪਾ ਗੱਠ ਜੁੜ ਕੋਈ ਹੁੰਦਾ ਸੀ ਜੀ ਇਹ ਉਦੋਂ ਸੰਝਾ ਪਈਆਂ ਸੀ ਜਦੋਂ ਲੁਧਿਆਣੇ ਦੀ ਦ੍ਰੇਸ਼ੀ ਗਰਾਊਂਡ ਦੇ ਵਿੱਚ ਆਰਐਸਐਸ ਦਾ ਇਕੱਠ ਹੋਇਆ ਸੀ ਉਹਨਾਂ ਦੀ ਪਰੇਡ ਵੇਖ ਕੇ ਤੇ ਭਾਸ਼ਣ ਕਰਨ ਲੱਗਿਆ ਅਕਾਲੀ ਦਲ ਦੇ ਇੱਕ ਲੀਡਰ ਨੇ ਆਖਿਆ ਸੀ ਇੰਨੀ ਸ਼ਾਨਦਾਰ ਤੁਸੀਂ ਪਰੇਡ ਕਰਦੇ ਹੋ ਤੁਸੀਂ ਤੇ ਫੌਜੀਆਂ ਨੂੰ maat ਪਾਉਂਦੇ ਹੋ ਤੁਹਾਨੂੰ ਪਰੇਡ ਕਰਦਿਆਂ ਨੂੰ ਵੇਖ ਕੇ ਤਾਂ ਮੇਰਾ ਜੀ ਕਰਦਾ ਕਿ ਬੁੱਢੇ ਵਾਰੇ ਹੁਣ ਅਸੀਂ ਵੀ ਨਿਕਰਾਂ ਪਾ ਕੇ ਪਰੇਡ ਕਰੀਏ ਜਿਹੜੀਆਂ ਉਦੋਂ ਬੋਲੀਆਂ ਬੋਲੀਆਂ ਜਿਹੜੇ ਉਦੋਂ ਭਾਸ਼ਣ ਕੀਤੇ ਆ ਉਹਨਾਂ ਭਾਸ਼ਣਾਂ ਦਾ ਨਤੀਜਾ ਕਿ ਹੁਣ ਇੱਕ ਇੱਕ ਕਰਕੇ ਇੱਕ ਕਰਕੇ ਬੰਦੇ ਉਸ ਮਾਲਾ ਦੇ ਮਣਕੇ ਕਰਦੇ ਜਾਂਦੇ ਆ ਜੀ ਪੰਸਰ ਚੋਣਾਂ ਦੀ ਤੁਸੀਂ ਗੱਲ ਕੀਤੀ ਆ ਮੱਧ ਪ੍ਰਦੇਸ਼ ਦੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਭਾਜਪਾ ਨੇ ਕਹਿੰਦੇ ਭਾਵੇਂ ਜਿੱਤ ਤਾਂ ਲਈਆਂ ਪਰ ਨੁਕਸਾਨ ਵੱਡਾ ਹੋਇਆ ਕਈ ਸੀਟਾਂ ਤੇ ਤੇ ਆਮ ਆਦਮੀ ਪਾਰਟੀ ਉਪਰ ਚੜੀ ਆਉਂਦੀ ਆ ਆਉਣ ਵਾਲੇ ਸਮੇਂ ਵਿੱਚ ਕੀ ਲੱਗਦਾ ਹੈ ਕਿ ਬਾਕਫਖ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਪੈਰ ਪ੍ਰਸਾਰਨ ਲਈ ਤਿਆਰ ਹੈ ਗੱਲ ਤੱਕ ਕਮਾਲ ਕਰ ਦਿੱਤੀ ਉਹਨਾਂ ਨੇ ਹੂੰ ਮੱਧ ਪ੍ਰਦੇਸ਼ ਦੇ ਵਿੱਚ 11 ਮਿਊਨਿਸਪਲ ਕਾਰਪੋਰੇਸ਼ਨਾਂ ਦੀਆਂ ਚੋਣਾਂ ਹੋਈਆਂ ਨੇ ਪਿਛਲੀ ਵਾਰੀ 11 ਦੇ 11 ਮੇਅਰ ਭਾਜਪਾ ਦੇ ਸੀ ਜੀ ਐਸ ਵਾਰੀ 11 ਚੋਂ 7 ਰਹਿ ਗਏ 4 ਕਰ ਗਏ ਜਿਹੜਾ ਸਾਬਕਾ ਮੁੱਖ ਮੰਤਰੀ ਆ ਕਾਂਗਰਸ ਦਾ ਲੀਡਰ ਕਮਲਨਾਥ ਉਹਦੇ ਸ਼ਹਿਰ ਸਿੰਧਵਾੜਾ ਦੇ ਵਿੱਚ ਵੀ ਮੇਅਰ ਭਾਜਪਾ ਦਾ ਸੀ ਐਸ ਵਾਰੀ ਕਾਂਗਰਸ ਦਾ ਚੁਣਿਆ ਗਿਆ ਕਮਲਨਾਥ ਦੀ ਸਰਕਾਰ ਕਾਂਗਰਸ ਵਾਲੀ ਤੋੜ ਕੇ ਭਾਜਪਾ ਗਿਆ ਸੀ ਜੋਤਰਾ ਦਿੱਤਿਆ ਸਿੰਧੀਆ ਜੀ ਉਹ ਗਵਾਲੀਅਰ ਦੇ ਰਾਜ ਪਰਿਵਾਰ ਵਿੱਚੋਂ ਆ ਕੋਈ ਇਹਨਾਂ ਚੋਂ ਰਾਜਮਾਤਾ ਅਫਗਵਾਲੀਅਰ ਸੀ ਕੋਈ ਰਾਜਕੁਮਾਰੀ ਅਫਗਵਾਲੀਅਰ ਸੀ ਕੋਈ ਰਾਜਕੁਮਰ ਅਫਗਵਾਲੀਅਰ ਸੀ ਇਹ ਵੀ ਅੱਗੋਂ ਉਸੇ ਪੀੜ੍ਹੀ ਚੋਂ ਆ ਉਸ ਗਵਾਲੀਅਰ ਦੇ ਵਿੱਚ ਵੀ ਕੱਲ ਭਾਜਪਾ ਆਪਣੀ ਮੇਹਰ ਦੀ ਸੀਟ ਨਹੀਂ ਬਚਾ ਸਕੀ ਕਾਂਗਰਸ ਲੈ ਗਈ ਆ ਤਿੰਨ ਸੀਟਾਂ ਕਾਂਗਰਸ ਲੈ ਗਈ ਆ ਪਰ ਸਭ ਤੋਂ ਵੱਧ ਜਿਹੜੀ ਮਾਰੀ ਹੋਈ ਇਹਨਾਂ ਨਾਲ ਉਹ ਇਹ ਕਿ ਉੱਥੋਂ ਦੇ ਜਿਹੜੇ ਸਿੰਗਰੋਲੀ ਮਿਊਨਿਸਪਲ ਕਾਰਪੋਰੇਸ਼ਨ ਆ ਉਹ ਆਮ ਆਦਮੀ ਪਾਰਟੀ ਦੀ ਬੀਬੀ ਰਾਣੀ ਜਿੱਤ ਗਈ ਹੈ ਜੀ ਬੀਬੀ ਜਿਹੜੀ ਉਹ ਜਿੱਤ ਗਈ ਉਹਨਾਂ ਦੀ ਪੂਰਾ ਨਾਮ ਨੂੰ ਪਤਾ ਨਹੀਂ ਰਾਣੀ ਉਹਨੂੰ ਕਹਿੰਦੇ ਆ ਉਹ ਸਧਾਰਨ ਪਰਿਵਾਰ ਤੋਂ ਸੀ ਪਹਿਲਾਂ ਕਿਸੇ ਵਕ ਪਾਜਪਾ ਚ ਹੁੰਦੀ ਸੀ ਪਰ ਉਹ ਪਿਛਲੇ 8-10 ਸਾਲਾਂ ਤੋਂ ਸਾਰਿਆਂ ਨੂੰ ਛੱਡ ਕੇ ਜਦੋਂ ਦੀ ਆਮ ਆਦਮੀ ਪਾਰਟੀ ਉੱਭਰੀ ਆ ਉਹਦੇ ਨਾਲ ਸੀ ਆ ਪਿਛਲੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉੱਥੇ ਉਹਨਾਂ ਚੋਣਾਂ 'ਚ ਉਹ ਵਿਧਾਨ ਸਭਾ ਵਾਸਤੇ ਉਸੇ ਸੰਗਰੋਲੀ ਸੀਟ ਤੋਂ ਖੜੀ ਸੀ ਤੇ ਉਹ ਜਿਹੜੀ ਜਿੱਤਣ ਵਾਲੀ ਬੀਬੀ ਸੀ ਜਿਹੜਾ ਜਿੱਤਣਾ ਉਮੀਦਵਾਰ ਸੀ ਭਾਜਪਾ ਦਾ ਉਹਨੂੰ 34000 ਵੋਟਾਂ ਮਿਲੀਆਂ ਸੀ ਜਿਹੜਾ ਕਾਂਗਰਸ ਦਾ ਦੂਜੇ ਨੰਬਰ ਤੇ ਆਇਆ ਉਹਨੂੰ 32000 ਕੋਸ਼ ਸੀ ਤੇ ਇਹਨੂੰ ਵੀ ਤੀਜੇ ਨੰਬਰ ਤੇ ਆਇਆ ਇਹਨੂੰ 32000 ਕੋਸ਼ ਸੀ ਇਹਦਾ 4500 ਵੋਟਾਂ ਦਾ ਹੀ ਫਰਕ ਸੀਗਾ ਉਹਦੇ ਤੋਂ ਇੰਨੇ ਸਖਤ ਨੇ ਟੱਕਰ ਦਿੱਤੀ ਉਦੋਂ ਦਿਸਦਾ ਸੀ ਕਿ ਆਮ ਆਦਮੀ ਪਾਰਟੀ ਉੱਥੇ ਉੱਭਰ ਰਹੀ ਹੈ ਅੱਜ ਕੱਲੇ ਬੀਬੀ ਬਿਮਾਰ ਪਈ ਸੀ ਇੱਕ ਦਿਸੀ ਮ ਚੋਣ ਨਹੀਂ ਲੜਨੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਾ ਕੇ ਅਖਿਆ ਬੀਬੀ ਜੀ ਤੁਹਾਨੂੰ ਚੋਣ ਲੜਨੀ ਪਣੀ ਆ ਉਹ ਖਲੋਗੀ ਹੁਝਾ ਫਿਰ ਜਿੱਤ ਲੈ ਗਈ ਆ ਮੇਅਰ ਬਣ ਗਈ ਆ ਔਰ ਪਹਿਲੀ ਵਾਰੀ ਆ ਕਿ ਉੱਥੋਂ ਦੀ ਚੋਣ ਦੇ ਵਿੱਚ ਅੱਗੇ ਇਹਨਾਂ ਦਾ ਇੱਕ ਵੀ ਕੌਂਸਲਰ ਨਹੀਂ ਸੀ ਇਸ ਵਾਰੀ ਪੰਜ ਕੌਂਸਲਰ ਨੇ ਜੀ ਚਾਰ ਸੀਟਾਂ ਦੇ ਉੱਤੇ ਜਿਹੜੇ ਇਹਨਾਂ ਦੇ ਉਮੀਦਵਾਰ ਸੀ ਉਹ ਦੂਜੇ ਨੰਬਰ ਤੇ ਆਏ ਆ ਸ਼ਾਇਦ ਪੰਜ ਸੀਟਾਂ ਤੇ ਤੀਜੇ ਨੰਬਰ ਤੇ ਵੀ ਆਏ ਆ ਭਾਜਪਾ ਨੂੰ ਉੱਥੇ ਵਾਅਦ ਤਕੜੀ ਸੱਟ ਪਈ ਆ ਇਹਦੇ ਤੋਂ ਇਲਾਵਾ ਚਾਰ ਪੰਜ ਹੋਰ ਜ਼ਿਲ੍ਹੇ ਨੇ ਕਾਰਪੋਰੇਸ਼ਨਾਂ ਨੇ ਜਿੱਥੇ ਕਿਸੇ ਥਾਂ ਤੇ ਆਮ ਆਦਮੀ ਪਾਰਟੀ ਤਿੰਨ ਸੀਟਾਂ ਤੇ ਦੂਜੇ ਨੰਬਰ ਤੇ ਆਈ ਆ ਕਿਤੇ ਇੱਕ ਸੀਟ ਤੇ ਦੂਜੇ ਨੰਬਰ ਤੇ ਆਈ ਆ ਯਾਨੀ ਸਾਰੇ ਮੱਧ ਪ੍ਰਦੇਸ਼ ਦੇ ਵਿੱਚ ਉਹਨੇ ਆਪਣੀ ਹੋਂਦ ਵਿਖਾ ਦਿੱਤੀ ਹੈ ਕਿ ਅਸੀਂ ਹੈਗੇ ਆ ਇਸ ਹੋਂਦ ਦਾ ਨਤੀਜਾ ਕਿ ਅਗਲੀ ਵਾਰ ਵਿਧਾਨ ਸਭਾ ਚੋਣਾਂ ਹੋਈਆਂ ਭਾਜਪਾ ਨੂੰ ਵੀ ਕਾਂਗਰਸ ਨੂੰ ਵੀ ਗੁਜਰਾਤ ਨਾਲੋਂ ਵੱਧ ਐਸੋਲੇ ਇਥੇ ਗੁਜਰਾਤ ਤੇ ਹਿਮਾਚਲ ਤੇ ਬਹੁਤੀ ਟੇਕ ਰੱਖਦੀ ਆਮ ਆਦਮੀ ਪਾਰਟੀ ਪਰ ਹੁਣ ਲੱਗਦਾ ਕਿ ਗੁਜਰਾਤ ਤੇ ਹਿਮਾਚਲ ਨਾਲੋਂ ਵੀ ਵੱਧ ਅਸਰ ਮੱਧ ਪ੍ਰਦੇਸ਼ ਤੇ ਪੈ ਰਿਹਾ ਉਥੇ ਆਮ ਆਦਮੀ ਪਾਰਟੀ ਜਿੰਨੀ ਤੇਜ਼ੀ ਨਾਲ ਵੱਧ ਰਹੀ ਹੈ ਭਾਜਪਾ ਬੜੇ ਕਲ ਦੇ ਫਿਕਰਾਂ ਚ ਨੇ ਕਿ ਆ ਜਿਹੜੀ ਸਿੰਗਰੋਲੀ ਦੀ ਕਾਰਪੋਰੇਸ਼ਨ ਦੀ ਮੇਹਰ ਵਾਲੀ ਸੀਟ ਉਹਨੇ ਜਿੱਤੀ ਹੈ ਇਹ ਤੇ ਆਪਣੇ ਆਪ ਚੇੜੀ ਵੱਡੀ ਛੱਟ ਆ ਕਿ ਜੀਦਾ ਕਰਕੇ ਭਾਜਪਾ ਲੀਡਰਸ਼ਿਪ ਨੂੰ ਦੁਬਾਰਾ ਸੋਚਣਾ ਪਵੇਗਾ ਯੂ ਵਾਸੇ ਇਹ ਹੈ ਵੀ ਬਹੁਤ ਸਾਰੇ ਲੋਕ ਸਮਝਦੇ ਆਂ अरविंद केजरीवाल ਜਿੱਦਾਂ ਤਾਂ ਵੀ ਹੋਵੇ ਪਾਰਟੀ ਨੂੰ ਹੌਲੀ ਹੌਲੀ ਫੈਲਾ ਰਿਹਾ ਅਜੇ ਤੱਕ ਦੇਸ਼ ਵਿੱਚ ਰਾਜ ਕਰਦਾ ਭਾਜਪਾ ਦਾ ਗੱਠ ਜੁੜ ਭਾਜਪਾ ਅਗਵਾਈ ਕਰਦੀ ਹੈ ਵਿਰੋਧੀ ਧਿਰ ਦੀ ਮੁੱਖ ਪਾਰਟੀ ਅਜੇ ਤੱਕ ਕਾਂਗਰਸ ਮੁਸ਼ਕਲ ਇਹ ਹੈ ਕਿ ਕਾਂਗਰਸ ਪਾਰਟੀ ਸੁੰਗੜਦੀ ਜਾਂਦੀ ਹੈ ਜਿਉਂ-ਜਿਉਂ ਸੁੰਗੜਦੀ ਹੈ ਇਹਦੀ ਥਾਂ ਲੈਣ ਵਾਸਤੇ ਕੋਈ ਭਾਜਪਾ ਦੇ ਸਾਹਮਣੇ ਆਲਟਰਨੇਟਿਵ اپੋਜੀਸ਼ਨ ਪਾਰਟੀ ਚਾਹੀਦੀ ਹੈ ਲੋਕਤੰਤਰ ਵਿੱਚ ਮਜ਼ਬੂਤ اپੋਜੀਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਜੀ ਕਾਂਗਰਸ ਆਪਣੀ ਮਜ਼ਬੂਤੀ ਗਵਾਈ ਜਾਂਦੀ ਆ ਤੇ ਇਹ ਆਮ ਆਦਮੀ ਪਾਰਟੀ ਹੌਲੀ ਹੌਲੀ ਉੱਪਰ ਉੱਠ ਰਹੀ ਆ ਇਹ ਤਾਂ ਨਹੀਂ ਹੋ ਸਕਦਾ ਕਿ ਅਗਲੀਆਂ ਚੋਣਾਂ ਦੇ ਵਿੱਚ ਇਹ ਬੜੀ ਮਜ਼ਬੂਤ ਆਪੋਜੀਸ਼ਨ ਬਣ ਕੇ ਆ ਜੇ ਪਰ ਇੱਕ ਗੱਲ ਪੱਕੀ ਆ ਕਿ ਅਗਲੀਆਂ ਪਾਰਲੀਮੈਂਟ ਚੋਣਾਂ ਤੱਕ ਜੇ ਪਾਰਟੀ ਇਸੇ ਤਰ੍ਹਾਂ ਅੱਗੇ ਵਧਦੀ ਗਈ ਤੇ ਕਾਂਗਰਸ ਜਿੰਨੀ ਨਹੀਂ ਉਤੋਂ ਥੋੜੀ ਘੱਟ ਸਹੀਂ ਵੱਬਾ ਤਕੜੀ ਮਜ਼ਬੂਤ ਪਾਰਟੀ ਦੇ ਤੌਰ ਤੇ ਆਪੋਜੀਸ਼ਨ ਦੇ ਤੌਰ ਤੇ ਪਾਰਲੀਮੈਂਟ ਦੇ ਵਿੱਚ ਵੀ ਸਾਹਮਣੇ ਆ ਸਕਦੀ ਹੈ ਪਰ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਕਿਹਾ ਕਿ ਰੈਡੀ ਕਲਚਰ ਜਿਹੜਾ ਵਧਦਾ ਜਾ ਰਿਹਾ ਹੈ ਇਹ ਨੁਕਸਾਨ ਕਰ ਰਿਹਾ ਹੈ। ਇਹ ਰੈਡੀ ਕਲਚਰ ਕੀ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿਣ ਦੀ ਲੋੜ ਕਿਉਂ ਪਈ? ਜਿਹੜੀਆਂ ਛੋਟਾਂ ਤੇ ਸਹੂਲਤਾਂ ਦਿੱਤੀਆਂ ਜਾਂਦੀਆਂ। ਤੁਹਾਨੂੰ ਆਟਾ ਮੁਫਤ ਦੇਾਂਗੇ, ਤੁਹਾਨੂੰ ਦਾਲ ਮੁਫਤ ਦੇਾਂਗੇ, ਤੁਹਾਡੀ ਬਿਜਲੀ ਮੁਫਤ ਕਰ ਦੇਾਂਗੇ 1900 ਯੂਨਿਟ ਤੁਹਾਨੂੰ ਮੁਫਤ ਮਿਲਣਗੇ, ਤੁਹਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਮੁਫਤ ਹੋਵੇਗੀ, ਤੁਹਾਨੂੰ ਵਰਦੀਆਂ ਲੈ ਦੇਾਂਗੇ। ਤੁਹਾਨੂੰ ਸਾਈਕਲ ਲੈ ਦੇਾਂਗੇ। ਇਸ ਸਰਬ ਕੁਝ ਰਿਓੜੀਆਂ ਵੰਡਣਾ ਕਹਿੰਦੇ ਆ ਇਹ ਰਿੜੀਆਂ ਰਿਓੜੀਆਂ ਵੰਡਣ ਦੇ ਖੇਡ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਆਖਿਆ ਇਸ ਗੱਲ ਨਾਲ ਮੈਂ ਸਹਿਮਤ ਆ ਕਿ ਰਿਓੜੀਆਂ ਵੰਡਣ ਦਾ ਕਲਚਰ ਹੌਲੀ ਹੌਲੀ ਭਾਰਤ ਦੀ ਰਾਜਨੀਤੀ ਨੂੰ ਬੜੇ ਗਲਤ ਪਾਸੇ ਲੈ ਜਾ ਰਿਹਾ ਜੀ ਰਿਓੜੀਆਂ ਵੰਡਦੇ ਆ ਵੰਡਦੇ ਆ ਅਸੀਂ ਕਿੱਥੋਂ ਤੱਕ ਆ ਗਏ ਆ ਕਿਉਰਤਾਂ ਵਾਸਤੇ ਬੱਸਾਂ ਦਾ ਸਫ਼ਰ ਮੁਫਤ ਬਜ਼ੁਰਗਾਂ ਨੇ ਜਾਣਾ ਤੀਰਥ ਯਾਤਰਾ ਤੇ ਉਨਾ ਵਕਤ ਰੇਲ ਗੱਡੀਆਂ ਮੁਫਤ ਤੇ ਉਹਦਾ ਕਿਰਾਇਆ ਜਿਹੜਾ ਉਹ ਸਰਕਾਰ ਦੇਵੇਗੀ। ਰਾਹ ਦੇ ਵਿੱਚ ਉਹਨਾਂ ਦਾ ਰੋਟੀ ਪਾਣੀ ਵੀ ਮੁਫਤ। ਇੱਥੋਂ ਤੱਕ ਨਾਲ ਇੱਕ ਡਾਕਟਰ ਜਾਵੇਗਾ ਜੇ ਕੋਈ ਯਾਤਰੀ ਬਿਮਾਰ ਹੋ ਜਾਂਦਾ। ਤੇ ਉਹਦਾ ਲਾਜ਼ਮੀ ਮੁਫਤ। ਇਹ ਸਾਰੇ ਇਹ ਵੀ ਜੁੜੀਆਂ ਵੰਡਣ ਚਾਜ ਜਾਂਦਾ ਸੀ। ਇਦਾਂ ਦੇ ਬਹੁਤ ਸਾਰੇ ਕੰਮ ਕੀਤੇ ਗਏ। ਸਾਡੇ ਪੰਜਾਬ 'ਚ ਹੀ ਬਹੁਤ ਹੋਏ। ਹਿੰਦੁਸਤਾਨ ਦਾ ਕਿਹੜਾ ਸੂਬਾ ਜਿੱਥੇ ਨਹੀਂ ਹੋਏ। ਇਹ ਜਦੋਂ ਨੇ ਗੱਲ ਆਖੀ ਹੈ ਤੇ ਉਹਦੇ ਉੱਤੇ ਬਾਕੀ ਪਾਰਟੀਆਂ ਚ ਉਹ ਕੋਈ ਵੀ ਬੋਲਿਆ ਨਹੀਂ ਜੀ ਸਿਰਫ ਇੱਕ ਪਾਰਟੀ ਦਾ ਇੱਕ ਲੀਡਰ ਬੋਲਿਆ ਤੇ ਉਹਦਾ ਨਾਂ ਅਰਵਿੰਦ ਕੇਜਰੀਵਾਲ ਕਹਿੰਦਾ ਪ੍ਰਧਾਨ ਮੰਤਰੀ ਜੀ ਤੁਸੀਂ ਸਾਨੂੰ ਸੁਣਾਉਨੇ ਹੋ ਮੈਂ ਦਿੱਲੀ ਦੇ ਵਿੱਚ ਔਰਤਾਂ ਦਾ ਸਫ਼ਰ ਮੁਫਤ ਕੀਤਾ ਤੇ ਕੋਪਾਪ ਨਹੀਂ ਕੀਤਾ ਹਰ ਕੋਈ ਔਰਤ ਬੱਸਾਂ ਤੇ ਸਫ਼ਰ ਨਹੀਂ ਕਰਦੀ ਉਹ ਕਰਦੀਆਂ ਜਿਨ੍ਹਾਂ ਦੀ ਆਰਥਿਕ ਹਾਲਤ ਮਾੜੀ ਕਾਰਨ ਨਹੀਂ ਲੈ ਸਕਦੇ ਤੇ ਮੈਂ ਉਹਨਾਂ ਨੂੰ ਇਹ ਸਹੂਲਤ ਦਿੱਤੀ ਕੋਈ ਮਾੜਾ ਨਹੀਂ ਕੀਤਾ ਜੀ ਮੈਂ ਮੁਲਾਕਲੇ ਨੇ ਖੋਲੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਕਿ ਆਓ ਤੁਹਾਡਾ ਮੁਫਤ ਇਥੇ ਲਾਜ ਹੋਵੇਗਾ ਮੈਂ ਕੋਈ ਮਾੜਾ ਨਹੀਂ ਕੀਤਾ ਮੈਂ ਸਕੂਲਾਂ ਦੀ ਹਾਲਤ ਸੁਧਾਰੀ ਪਰ ਤੁਸੀਂ ਇਹ ਦੱਸੋ ਤੁਸੀਂ ਕੋਈ ਰੋੜੀਆਂ ਵੰਡੀਆਂ ਕਿ ਨਹੀਂ ਵੰਡੀਆਂ ਇੱਥੇ ਆ ਕੇ ਗੱਲ ਫਸ ਜਾਂਦੀ ਹੈ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਨਰਿੰਦਰ ਮੋਦੀ ਸਾਹਿਬ ਨੇ ਆਖਿਆ ਸੀ ਮੈਂ ਪ੍ਰਧਾਨ ਮੰਤਰੀ ਬਣ ਗਿਆ ਤੇ ਹਰ ਇੱਕ ਦੇ ਖਾਤੇ 'ਚ ਹਰ ਵਿਅਕਤੀ ਦੇ ਖਾਤੇ 'ਚ 3-3 ਲੱਖ ਤੇ 5 ਵਿਅਕਤੀਆਂ ਵਾਲੇ ਪਰਿਵਾਰ ਨੂੰ 15 ਲੱਖ ਰੁਪਏ ਉਹਨਾਂ ਦੇ ਖਾਤੇ 'ਚ ਪਾਉਂਗਾ ਜੀ ਤੇ ਬਾਅਦ ਵਿੱਚ ਕਹਿਤਾ ਉਹ ਤਾਂ ਇੱਕ ਜੁਮਲਾ ਥਾ ਤੇ ਰਿਯੋੜੀਆਂ ਮੰਡਨ ਦੀ ਖੇਡ ਤੇ ਉਦੋਂ ਸ਼ੁਰੂ ਹੋਈ ਸੀ ਇਹਦੇ ਤੋਂ ਵੀ ਪਹਿਲਾਂ ਛੱਤੀਸਗੜ੍ਹ ਦੇ ਵਿੱਚ ਜਦੋਂ ਨਵੀਂ ਬਣੀ ਸਟੇਟ ਸੀ ਤੇ ਪਹਿਲੀ ਵਾਰੀ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਉੱਥੇ ਜਿਹੜਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਭਾਜਪਾ ਨੇ ਪੇਸ਼ ਕੀਤਾ ਉਹਨੇ ਜਾ ਕੇ ਆਖਿਆ ਸੀ ਮੈਂ ਹਰ ਇੱਕ ਪਰਿਵਾਰ ਨੂੰ ਇੱਕ ਇੱਕ ਗਾਂ ਲੈ ਕੇ ਦਿਆਂਗਾ ਲੋਕਾਂ ਨੇ ਗਾਵਾਂ ਲੈ ਲੀਆਂ ਗਈ ਵੇਤੀਆਂ ਜੀ ਕਿ ਉਹ ਰਿਯੋੜੀਆਂ ਦਾ ਪ੍ਰਸ਼ਾਦ ਨਹੀਂ ਸੀ ਕਿ ਜੋ ਕੁਝ ਹੁੰਦਾ ਰਿਹਾ ਆਪਸੀ ਕਰੀਏ ਤੇ ਠੀਕ ਹੈ ਦੂਜਾ ਕਰੇ ਤੇ ਗਲਤ ਹੈ ਉਹ ਜੋ ਕੁਝ ਇਹਨਾਂ ਦਾ ਪਿਛਲਾ ਵਿਹਾਰ ਸੀ ਉਹਦੇ ਮੁਤਾਬਕ ਉਹਨੇ ਅਰਵਿੰਦ ਕੇਜਰੀਵਾਲ ਨੇ ਤੇ ਆਪਣੇ ਤੌਰ ਤੇ ਕਹਿਤਾ ਬਾਕੀ ਪਾਰਟੀਆਂ ਨੇ ਅਜੇ ਨਹੀਂ ਕਿਹਾ ਕੱਲ ਨੂੰ ਕਹਿੰਦੇ ਪਰਸੋਂ ਨੂੰ ਕਹਿੰਦੇ ਠਰ ਕੇ ਕਹਿੰਦੇ ਪਰ ਇਹ ਸਾਫ ਹੈ ਕਿ ਜੇ ਬਾਕੀ ਪਾਰਟੀਆਂ ਰਿਓੜੀਆਂ ਬੰਨ੍ਹਦੀਆਂ ਤੇ ਭਾਜਪਾ ਨੇ ਵੀ ਰਿਓੜੀਆਂ ਛੱਡੋ ਪਤਾਸੇ ਔਰ ਪਤਾਸੇ ਵੀ ਇੱਕ ਤੇ ਪ੍ਰਸ਼ਾਦ ਹੁੰਦੇ ਨਿਕਨਗੇ ਇੱਕ ਭਾਜੀ ਵਾਲੇ ਪਤਾਸੇ ਹੁੰਦੇ ਵੱਡੇ ਵੱਡੇ 55 ਤੇ ਉਹ ਜਿਹੇ ਪਤਾਸੇ ਵੀ ਵੰਡੇ ਹੋਏ ਆ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਜੇ ਕਿਹਾ ਤੇ ਦੂਜਿਆਂ ਕੋ ਕੁਝ ਨਾ ਕੁਝ ਤੇ ਮੇਨੇ ਦਾ ਜਵਾਬ ਮੇਨੇ ਚ ਦੇਣਗੇ ਬਿਲਕੁਲ ਤੁਹਾਨੂੰ ਸਾਹਿਬ ਪਾਕਿਸਤਾਨ ਦੀ ਗੱਲ ਕਰਦੇ ਆ ਪਾਕਿਸਤਾਨ ਚ ਜਿਮਨੀ ਚੋਣ ਹੋਈ ਆ ਤੇ ਕਹਿੰਦੇ ਇਮਰਾਨ ਖਾਨ ਦੀ ਪਾਰਟੀ ਨੇ 20 ਚੋਂ 16 ਸੀਟਾਂ ਜਿੱਤ ਲਈਆਂ ਤੇ ਸ਼ਾਹਬਾਜ਼ ਸ਼ਰੀਫ ਨਵੇਂ-ਨਵੇਂ ਪ੍ਰਧਾਨ ਮੰਤਰੀ ਬਣਿਆ ਫੇ ਗੱਲ ਕਿੱਧਰ ਨੂੰ ਜਾਂਦੀ ਲੱਗਦੀ ਆ ਲੋਕ ਅਜੇ ਵੀ ਇਮਰਾਨ ਖਾਨ ਨੂੰ ਪਸੰਦ ਕਰਦੇ ਪਏ ਆ ਦੇਖੋ ਜਦੋਂ ਸ਼ਾਹਬਾਜ਼ ਸ਼ਰੀਫ ਬਣਿਆ ਵਾ ਪ੍ਰਧਾਨ ਮੰਤਰੀ ਉਹਦੇ ਤੋਂ ਅਗਲੇ ਪ੍ਰੋਗਰਾਮ ਅੱਜ ਕੱਟ ਕੇ ਵੇਖੋ ਮੈਂ ਆਖਿਆ ਸੀਗਾ ਕਿ ਇਹ 5-6 ਪ ਨਵਾਜ਼ ਸ਼ਰੀਫ ਦੀ ਪਾਰਟੀ ਵੀ ਬੇਨजीर ਪੁੱਟੋ ਦੀ ਪਾਰਟੀ ਵੀ ਪੰਜ ਹੋਰ ਪਾਰਟੀਆਂ ਵੀ ਜੀ ਇਹ ਸਾਰੇ ਰੜਾ ਕੇ ਕਿ ਉਥੋਂ ਦੀ ਵਿਧਾਨ ਸਭਾ ਦੇ ਵਿੱਚ ਜਿੰਨੇ ਮੈਂਬਰ ਜੋੜ ਸਕੇ ਉਹ ਪਾਰਲੀਮੈਂਟ ਦੇ ਜਿੰਨੇ ਮੈਂਬਰ ਨੈਸ਼ਨਲ ਅਸੈਂਬਲੀ ਚ ਜੋੜ ਸਕਿਆ Imran Khan boycott ਵੀ ਕਰ ਗਿਆ ਗੱਦੀ ਤੋਂ ਲੱਥ ਗਿਆ ਫੌਜ ਵੀ ਉਹਦੇ ਖਿਲਾਫ ਆ ਇਹਨਾਂ ਨਾਲੋਂ ਸਿਰਫ ਚਾਰ ਜਣੇ ਉਹਦੇ ਕੋਲ ਕੱਟ ਨੇ ਜੀ ਜਿਉਂ ਇਕੱਲਾ ਇਹਨਾਂ ਦੇ ਬਰਾਬਰ ਆਉਂਦਾ ਪਿਆ ਇਹਦਾ ਮਤਲਬ ਇਹ ਹੈ ਕਿ ਅਜੇ ਵੀ ਉਹਦੇ ਪੈਰ ਜ਼ਮੀਨ ਤੇ ਆ ਅਜੇ ਵੀ ਉਹ ਤਾਕਤ ਹੈ ਇਹਨੂੰ ਅੱਖੋਂ ਪਰੋਖਾ ਕਰਨ ਦਾ ਯਤਨ ਕਰਦੇ ਆ ਇਹ ਮਾਰਕ ਖਾਨਗੇ ਹੁਣ ਉਸ ਤੋਂ ਬਾਅਦ ਉਹ ਜਨਤਕ ਲੈਅਰ ਵਿੱਚ ਵੀ ਇਹਨਾਂ ਦਾ ਮੁਕਾਬਲਾ ਕਰ ਰਿਹਾ ਅਦਾਲਤਾਂ ਵਿੱਚ ਵੀ ਮੁਕਾਬਲਾ ਕਰ ਰਿਹਾ ਪੰਜਾਬ ਦੀ ਵਿਧਾਨ ਸਭਾ ਦੀਆਂ ਕੱਲ 20 ਸੀਟਾਂ ਦੇ ਉੱਤੇ ਉਹ ਪਹੁੰਚੋਂ ਹੋਈ ਪਾਕਿਸਤਾਨੀ ਪੰਜਾਬ ਦੀ ਉਹਨੂੰ ਪਾਕਿਸਤਾਨੀ ਪੰਜਾਬ ਦੀਆਂ 20 ਵਿਧਾਨ ਸਭਾ ਸੀਟਾਂ ਦੇ ਵਿੱਚੋਂ 16 Imran Khan ਦੀ ਪਾਰਟੀ ਕੱਲੀ ਜਿੱਤ ਗਈ ਤੇ ਇਹ ਜਿਹੜੇ ਮੁਕਾਬਲੇ ਦੇ ਉੱਤੇ ਇਹਨਾਂ ਨਵਾਜ਼ ਸ਼ਰੀਫ ਦਾ ਅਪਰਾਸ਼ ਸ਼ਾਹਬਾਦ ਸ਼ਰੀਫ ਮੁੰਡਾ ਦਾ ਉੱਥੇ ਮੁੱਖ ਮੰਤਰੀ ਬਣਿਆ ਧਕੋ ਧਕੀ ਆਪ ਇਹ منی ਲਾਂਡਰਿੰਗ ਕੇਸ ਵਿੱਚ ਕਾਲੀ ਕਮਾਈ ਨੂੰ ਚਿੱਟੀ ਕਰਨ ਦੇ ਚੱਕਰਾਂ ਦੇ ਵਿੱਚ ਅਦਾਲਤਾਂ 'ਚ ਮੁਕਦਮੇ ਭੁਗਦੇ ਪਏ ਇਹਨਾਂ ਦੇ ਪੱਲੇ ਚਾਰ ਸੀਟਾਂ ਪਈਆਂ ਨੇ ਜੀ ਇਹਦੇ ਤੋਂ ਪਤਾ ਲੱਗ ਜਾਂਦਾ ਕਿ ਨਵਾਜ਼ ਸ਼ਰੀਫ ਦਾ ਪਰਿਵਾਰ ਜਿਹਦੀਆਂ ਜੜ੍ਹਾਂ ਪੰਜਾਬ ਵਿੱਚ ਨੇ ਇੱਥੋਂ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਅਖਡੂਰ ਸਾਹਿਬ ਦੇ ਲਾਗੇ ਜਾਤੀ ਉਮਰਾ ਪਿੰਡ ਤੋਂ ਉੱਠ ਕੇ ਗਿਆ ਸੀ ਤੇ ਲਾਹੌਰ ਦੇ ਲਾਗੇ ਜਾ ਕੇ ਉਹੋ ਹੀ ਜਾਤੀ ਉਮਰਾ ਪਿੰਡ ਨੂੰ ਨਵਾਂ ਬਸਾਇਆ ਸੀ ਇਹਨਾਂ ਔਰ ਇਹਨਾਂ ਦੀ ਜਿਹੜਾ ਪਾਕਿਸਤਾਨੀ ਪੰਜਾਬ ਚ ਨੇ ਪੰਜਾਬੀ ਨੇ ਜੀ ਇਹਨਾਂ ਨੂੰ ਪੰਜਾਬੀਆਂ ਨੂੰ ਜੇ ਇਹਨਾਂ ਦੇ ਆਪਣੇ ਪੰਜਾਬ ਦੇ ਵਿੱਚ ਕਿਸੇ ਨੇ ਮੂੰਹ ਨਹੀਂ ਲਾਇਆ ਹੂੰ 20 ਚ 16 ਸੀਟਾਂ ਇੱਕ ਵਾਰ ਬਿਠੇ ਸਿਰਫ ਇਹਨਾਂ ਨੂੰ 4 ਮਿਲੀਆਂ ਨੇ Imran Khan ਦੀ ਪਾਰਟੀ ਇਕੱਲੀ ਰਹਿ ਕੇ 20 ਚ 16 ਜਿੱਤ ਗਈ ਆ ਤੇ ਫਿਰ ਇਹਨਾਂ ਨੂੰ ਸੋਚਣਾ ਪਏਗਾ ਕਿ ਅਸੀਂ ਕਿਡੀਆਂ ਹਵਾਜਤ ਤਲਵਾਰਾਂ ਮਾਰਦੇ ਸਾਂ ਸ਼ੀਸ਼ਾ ਇੱਕ ਵਾਰੀ Imran Khan ਨੇ ਵਿਖਾਤਾ ਅੱਗੋਂ ਕੀ ਅਰਥ ਨਿਕਲਦੇ ਦੇ ਇਹਨਾਂ ਨੂੰ ਸੋਚਣਾ ਪਏਗਾ ਗਲਤਪਨ ਤੋਂ ਸੋ ਵਿਚਾਰਕਾਂ ਨਾਲੇ ਪਰ ਕਰੇ ਕੋਣ ਸ਼ਾਬਾਸ਼ ਜੀ ਫੌਜ ਜਾਂ ਫਿਰ ਇਮਰਾਨ ਖਾਨ ਸਾਡੇ ਜਾਣ ਦਾ ਵੇਲਾ ਤੁਸੀਂ ਚਰਚਾ ਕੀਤੀ ਬਹੁਤ ਬਹੁਤ ਧੰਨਵਾਦ ਸਵਾਇਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ ਜੇਕਰ ਤੁਹਾਡਾ ਕੋਈ ਸੁਝਾਅ ਹੁੰਦਾ ਤਾਂ ਜ਼ਰੂਰ ਸਾਂਝਾ ਕਰਿਆ ਕਰੋ ਇੱਥੇ ਸਮਾਪਤ ਕਰਦੇ ਹਾਂ ਪ੍ਰੋਗਰਾਮ ਨੂੰ ਮੈਨੂੰ ਨਵਜੀਤ ਨੂੰ ਦੀ ਇਜਾਜ਼ਤ ਦੇਖਦੇ ਰਹੋ ਪ੍ਰਾਈਮ ਮਿਸ਼ਾ ਟੀਵੀ ਤੁਹਾਡਾ ਆਪਣਾ ਫਾਡੇਲੀ